ਸਵਾਗਤ ਕਰਦਾ ਹਾਂ ਵੀਰ ਅਤੇ ਪੈਨਾ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਨੋਟੀਫਿਕੇਸ਼ਨ ਨੂੰ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਹੈ ਜੋ ਕਿ ਬਾਬਾ ਫਰੀ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਫਰੀਦਕੋਟ ਦੁਆਰਾ ਕਰ ਦਿੱਤਾ ਗਿਆ ਹੈ ਜੀ ਪੰਜਾਬ ਦੇ ਲਈ ਔਰ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਮੈਂ ਦੱਸਾਂਗਾ ਇਸ ਵੀਡੀਓ ਦੇ ਵਿੱਚ ਤੇ ਜੁੜੇ ਰਹਿਣਾ ਸਾਡੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਵਿੱਚ ਮੈਂ ਡਿਟੇਲ ਦੇ ਸਕਾਂ ਤੇ ਇਸ ਤੋਂ ਇਲਾਵਾ ਹੋਰ ਕਈ ਜਿਹੜੀ ਰਿਕਰੂਟਮੈਂਟ ਨੇ ਉਹ ਆਊਟ ਕਰ ਦਿੱਤੀ ਗਈ ਨੇ ਪੰਜਾਬ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਬਣਾ ਕੇ ਮੈਂ ਆਪਣੇ ਚੈਨਲ ਤੇ ਅਪਡੇਟ ਕਰ ਚੁੱਕਿਆ ਹਾਂ ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ ਔਰ ਦੱਸਣਾ ਚਾਹਵਾਂਗਾ ਮੈਂ ਆਪਣੇ ਚੈਨਲ ਦੇ ਥਰੂ ਸੈਂਟਰ ਤੇ ਸਟੇਟ ਦੋਨਾਂ ਦੇ ਹੀ ਨੋਟੀਫਿਕੇਸ਼ਨ ਜਿਹੜੇ ਨੇ ਲੋਡ ਕਰਦਾ ਹੀ ਰਹਿਣਾ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਪੰਜਾਬ ਵਾਲੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਕਈਆਂ ਦੇ ਕਮੈਂਟ ਆਉਂਦੇ ਨੇ ਕਿ ਸਟੇਟ ਔਰ ਸੈਂਟਰ ਦੋਨਾਂ ਦੇ ਜਿਹੜੇ ਨੋਟੀਫਿਕੇਸ਼ਨ ਹੈ ਉਹ ਅਪਡੇਟ ਕਰ ਦੇਣ ਤਾਂ ਮੈਂ ਡੇਲੀ ਬੇਸਿਸ ਤੇ ਜਿਹੜੇ ਕੋਸ਼ਿਸ਼ ਕਰਦਾ ਕਿ ਸਟੇਟ ਤੇ ਸੈਂਟਰ ਦੋਵੇਂ ਜਿਹੜੇ ਨੇ ਨੋਟੀਫਿਕੇਸ਼ਨ ਅਪਡੇਟ ਕਰਦੇ ਰਵਾਂ ਸਮਾਂ ਰਹਿੰਦੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਮੈਂ ਦੱਸਣਾ ਚਾਹਾਂਗਾ ਇਸ ਤੋਂ ਇਲਾਵਾ ਹੋਰ ਵੀ ਕਈ ਨੋਟੀਫਿਕੇਸ਼ਨ ਆਊਟ ਹੋ ਗਏ ਨੇ ਜਿਹਨਾਂ ਦੀ ਵੀਡੀਓ ਬਣਾ ਕੇ ਚੈਨਲ ਤੇ ਅਪਡੇਟ ਕਰ ਚੁੱਕਿਆ ਹਾਂ ਜਾ ਕੇ ਇੱਕ ਵਾਰੀ ਹੋਮ ਪੇਜ ਤੇ ਹੀ ਤੁਹਾਨੂੰ ਮਿਲ ਜਾਣੀ ਹੈ ਤੁਸੀਂ ਜਾ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਨਹੀਂ ਐਪਲੀਕੇਸ਼ਨ ਫਾਰਮ ਦੇ ਉੱਪਰ ਜਿਹੜਾ ਕਿ ਇਹਨਾਂ ਨੇ ਸੈਂਡ ਕੀਤਾ ਜਿਹੜਾ ਤੁਸੀਂ ਪੂਰਾ ਫਾਰਮ ਫਿਲ ਕਰਨਾ ਹੈ ਖੁਦ ਔਰ ਤੁਸੀਂ ਨਾਲ ਇਹਨਾਂ ਨੂੰ ਸੈਂਡ ਕਰ ਦੇਣਾ ਹੈ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਜੀ ਇਹ ਤੁਸੀਂ ਦੇਖ ਪਾ ਰਹੇ ਹੋ ਜੀ ਉਹ ਫਾਰਮ ਜਿਹੜਾ ਤੁਸੀਂ ਸੈਂਡ ਕਰਨਾ ਹੈ ਇਹਦੇ ਵਿੱਚ ਤੁਸੀਂ ਜਿਹੜੀ ਹੈ ਚੈੱਕ ਕਰ ਪਾ ਰਹੇ ਹੋ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਫਰੀਦਕੋਟ ਦੁਆਰਾ ਜਿਹੜਾ ਜਾਰੀ ਕੀਤਾ ਗਿਆ ਹੈ ਇੱਥੇ ਤੁਸੀਂ ਆਪਣੀ ਫੋਟੋ ਜਿਹੜੀ ਹੈ ਉਹ ਪੇਸਟ ਕਰ ਦੇਣੀ ਹੈ ਜੀ ਨੈਕਸਟ ਤੁਸੀਂ ਇਸ ਦੇ ਵਿੱਚ ਮੈਂਸ਼ਨ ਕਰਨਾ ਹੈ ਕਿ ਐਪਲੀਕੇਸ਼ਨ ਪੋਸਟ ਜਿਹੜੀ ਹੈ ਕਿਹੜੀ ਪੋਸਟ ਲਈ ਤੁਸੀਂ ਜਿਹੜਾ ਐਪਲ ਉਸ ਤੋਂ ਬਾਅਦ ਆਪਣਾ ਨਾਮ ਇੱਥੇ ਫਿਲ ਕਰਨਾ ਹੈ ਜੀ ਦਨ ਤੁਹਾਡਾ ਫਾਦਰ ਨੇਮ ਤੁਹਾਡੀ ਡੇਟ ਆਫ ਬਰਥ ਠੀਕ ਹੈ ਜੀ ਉਸ ਤੋਂ ਬਾਅਦ نیچے ਜਿਹੜੀ ਏਜ ਤੁਹਾਡੀ ਕਿੰਨੀ ਹੈ ਉਹ ਤੁਸੀਂ ਮੈਂਸ਼ਨ ਕਰ ਦੇਣਾ ਔਰ ਨੈਕਸਟ ਤੁਸੀਂ ਇਸ ਦੇ ਵਿੱਚ ਆਪਣੀ ਨੈਸ਼ਨੈਲਿਟੀ ਔਰ ਤੁਹਾਡੀ ਅਕਾਡੈਮਿਕ ਜਿਹੜੇ ਕੁਆਲੀਫਿਕੇਸ਼ਨ ਹੈ ਉਹ ਤੁਸੀਂ ਇਹਦੇ ਵਿੱਚ ਜ਼ਰੂਰ ਜਿਹੜੀ ਹੈ ਸੈਂਡ ਕਰ ਦੇਣਾ ਹੈ ਪਲੱਸ ਉਹਦੇ ਜਿਹੜੇ ਸਰਟੀਫਿਕੇਟ ਹੋਣਗੇ ਉਹ ਤੁਸੀਂ ਜਿਹੜੇ ਨਾਲ ਜ਼ਰੂਰ ਅਟੈਚ ਕਰਕੇ ਸੈਂਡ ਕਰ ਦੇਣੇ ਚਾਹੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਚਾਹੇ ਨਹੀਂ ਹੈ ਤੁਸੀਂ ਆਪਣੇ ਕੁਆਲੀਫਿਕੇਸ਼ਨ ਦੇ ਜਿਹੜੇ ਸਰਟੀਫਿਕੇਟ ਨੇ ਉਹ ਜ਼ਰੂਰ ਸੈਂਡ ਕਰਨੇ ਨੇ ਔਰ ਪਲੱਸ ਅਗਰ ਤੁਹਾਡੇ ਕੋਲ ਤੁਸੀਂ ਐਕਸਪੀਰੀਅੰਸ ਕੈਂਡੀਡੇਟ ਹੋ ਤਾਂ ਜ਼ਰੂਰ ਆਪਣੀ ਜਿਹੜੀ ਐਕਸਪੀਰੀਅੰਸ ਸਰਟੀਫਿਕੇਟ ਨੇ ਉਹ ਨਾਲ ਅਟੈਚ ਕਰਕੇ ਸੈਂਡ ਕਰ ਦੇਣਾ ਤਾਂਕਿ ਤੁਹਾਡੇ ਲਈ ਇੱਕ ਪੋਜ਼ਿਟਿਵ ਪੁਆਇੰਟ ਜਿਹੜਾ ਹੈ ਉਹ ਬਣਿਆ ਰਹੇਗਾ ਨੈਕਸਟ ਤੁਸੀਂ ਆਪਣਾ ਐਡਰੈ ਚਿਲ ਕਰਨ ਤੋਂ ਬਾਅਦ ਤੁਸੀਂ ਇਹ ਆਪਣਾ ਸੈਲਫ ਟੈਸਟਡ ਕਰਕੇ ਇਸ ਫਾਰਮ ਨੂੰ ਜਿਹੜਾ ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਸੈਂਡ ਕਰ ਦੇਣਾ ਜਿਹੜਾ ਕਿ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਅਪਲੀਕੇਸ਼ਨ ਫਾਰਮ ਦੇ ਉੱਪਰ ਤੇ ਦੱਸਦੇ ਹਾਂ ਪੂਰੀ ਡਿਟੇਲ ਦੇ ਵਿੱਚ ਕਿਹੜੀ-ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਅਪਲੀਕੇਸ਼ਨ ਫਾਰਮ ਦੇ ਉੱਪਰ ਏ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਫਾਰਮ ਉਹਨਾਂ ਦੁਆਰਾ ਜਿਹੜਾ ਕੱਢਿਆ ਗਿਆ ਇਹਦੇ ਵਿੱਚ ਪੂਰੀ ਡਿਟੇਲ ਦੱਸੀ ਗਈ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਜੀ ਤੁਹਾਡੀ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ 28 12 2020 ਜੋ ਕਿ ਸ਼ਾਮ 5 ਵਜੇ ਤੱਕ ਤੁਸੀਂ ਜਿਹੜੇ ਐਲੀਜੀਬਲ ਕੈਂਡੀਡੇਟ ਹੋਣਗੇ ਫਾਰਮ ਨੂੰ ਫਿਲ ਕਰਕੇ ਨਾ ਦਿੱਤੇਗੇ ਐਡਰੈਸ ਦੇ ਉੱਪਰ ਤੁਸੀਂ ਜਿਹੜਾ ਉਹ ਸੈਂਡ ਕਰ ਦੇਣਾ ਜੀ ਨੈਕਸਟ ਅਸੀਂ ਅਗਰ ਗੱਲ ਕਰੀਏ ਕਿ ਜਿਹੜੀ ਇਹਦੇ ਵਿੱਚ ਜਿਹੜੀ ਸਰਚ ਰਿਸਰਚ ਫੈਲੋ ਸੀਨੀਅਰ ਰਿਸਰਚ ਫੈਲੋ ਦੀ ਜਿਹੜੀ ਪੋਸਟ ਹੈ ਜੀ ਉਹ ਆਊਟ ਕਰ ਦਿੱਤੀ ਗਈ ਹੈ ਨੰਬਰ ਆਫ ਪੋਸਟ ਜਿਹੜੀ ਹੈ ਨੇ 1 ਨੇ ਕੁਆਲਿ ਨਰਸਿੰਗ ਮੈਂਟਲ ਹੈਲਥ ਐਂਡ ਡਿਗਰੀ ਹੋਲਡਰ ਹੋ 2 ਸਾਲ ਦੀ ਰਿਸਰਚ ਐਕਸਪੀਰੀਅੰਸ ਹੈਗਾ ਤੁਹਾਨੂੰ ਠੀਕ ਹੈ ਔਰ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੀ ਏਜ ਜਿਹੜੀ ਹੈ 35 ਸਾਲ ਤੱਕ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਘੱਟੋ ਘੱਟ ਜਿੰਨੀ ਵੀ ਹੋ ਸਕਦੀ ਹੈ ਮੈਕਸਮ ਜਿਹੜੀ ਹੈ 35 ਸਾਲ ਤੱਕ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਸੈਲਰੀ ਜਿਹੜੀ ਤੁਹਾਡੀ ਪਰ ਮੰਥ ਰਹੇਗੀ 35000 ਤੁਹਾਡੀ ਸੈਲਰੀ ਜਿਹੜੀ ਪਰ ਮੰਥ ਤਨ ਦਿੱਤੀ ਜਾਏਗੀ ਠੀਕ ਹੈ ਜੀ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਹੈਗੇ ਨਾਲ ਤੁਸੀਂ ਇੱਕ ਨਾਨ ਰਿਫੰਡੇਬਲ ਜਿਹੜਾ ਹੈ ਉਹ ਡਿਮਾਂਡ ਡਰਾਫਟ ਜਿਹੜਾ ਇਹਨਾਂ ਨੂੰ ਪੇ ਕਰਨਾ ਹੈ ਤੁਸੀਂ ਜਿਹੜਾ ਮੈਂਸ਼ਨ ਕੀਤਾ ਹੋਇਆ ਨਾਨ ਰਿਫੰਡੇਬਲ ਹੈ ਐਸਸੀ ਐਸਟੀ ਕੈਂਡੀਡੇਟਸ ਲਈ ਜਿਹੜਾ 250 ਹੋਏਗਾ ਔਰ 500 ਰੁਪਏ ਜਿਹੜਾ ਹੋਏਗਾ ਬਾਕੀ ਕੈਂਡੀਡੇਟਸ ਲਈ ਹੋਏਗਾ ਜੀ ਉਸ ਤੋਂ ਬਾਅਦ ਇਹ ਸੀਗਾ ਜਿਹੜਾ ਇਹਨਾਂ ਨੇ ਫਾਰਮ ਜਿਹੜਾ ਨਾਲ ਲਗਾਇਆ ਉਹ ਵੀ ਤੁਹਾਨੂੰ ਦਿੱਤਾ ਦਿੱਤਾ ਜਾਏਗਾ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਜਿਹੜਾ ਹੈ ਉਹ ਮਿਲ ਜਾਏਗਾ ਤੁਸੀਂ ਉਸ ਤੇ ਕਲਿੱਕ ਕਰਕੇ ਡਾਊਨਲੋਡ ਕਰਕੇ ਉਹ ਫਾਰਮ ਦਾ ਪ੍ਰਿੰਟ ਆਊਟ ਕੱਢਾ ਕੇ ਪੂਰਾ ਫਿਲ ਕਰਕੇ ਇਹਨਾਂ ਨੇ ਸੈਂਡ ਕਰਨਾ ਤੁਹਾਡੇ ਡਾਕੂਮੈਂਟਸ ਦੇ ਨਾਲ ਤੇ ਇਸ ਤੋਂ ਬਾਅਦ ਅਗਰ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਹੁੰਦੀ ਹੈ ਸਮਾਂ ਨਹੀਂ ਆਉਂਦਾ ਤੁਸੀਂ ਇਹਨਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਾਂਗੇ ਤੁਹਾਡੇ ਕੋਲ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ